ਅਦਾਬ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਅਤੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀਗੀ ਕਿ ਕੱਲ੍ਹ ਰੋਸ਼ਨ ਕਲਾ ਕੇਂਦਰ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ 15 ਮਾਰਚ ਨੂੰ, ਅਤੇ ਉਸ ਵਿੱਚ ਬਹੁਤ ਮਹਾਨ ਹਸਤੀਆਂ ਸ਼ਿਰਕਤ ਕਰ ਰਹੀਆਂ ਨੇ, ਕਿਤਾਬਾਂ ਵੀ ਰਿਲੀਜ਼ ਕੀਤੀਆਂ ਜਾ ਰਹੀਆਂ ਨੇ, ਇਨਾਮ ਸਨਮਾਨ ਦਾ ਪ੍ਰੋਗਰਾਮ ਜਿਹੜਾ ਉਹ ਵੀ ਚੱਲੇਗਾ, ਨਾਲ ਚੱਲੇਗਾ। ਅਤੇ ਮਾਨ ਦੀ ਗੱਲ ਹੈ ਕਿ ਸਾਰੇ ਹੀ ਜਿੰਨੇ ਵੀ ਇਨਾਮ ਸਨਮਾਨ ਦਿੱਤੇ ਜਾ ਰਹੇ ਨੇ, ਚਾਹੇ ਜਤਾਈ ਸਾਹਿਬ ਅਵਾਰਡ ਹੈ, ਚਾਹੇ ਗੋਬਿੰਦ ਪੁਰੀ ਸਾਹਿਬ ਦਾ, ਚਾਹੇ ਬਾਈਵਾ ਸਾਹਿਬ ਦਾ, ਚਾਹੇ ਪੰਛੀ ਸਾਹਿਬ ਦਾ, ਚਾਹੇ ਮਾਸਟਰ ਮਦਨ ਹੈ, ਸੱਚੀ ਕਲਮ ਹੈ, ਸਾਰੇ ਦੇ ਸਾਰੇ ਇਨਾਮ ਸਨਮਾਨ ਇੱਕ ਬਣਦੇ ਜਿਹੜੇ ਉਹਨਾਂ ਦੇ ਸਹੀ ਹੱਕਦਾਰ ਨੇ ਉਹਨਾਂ ਨੂੰ ਦਿਖਾ ਰਹੇ ਨੇ। ਅਤੇ ਤਕਰੀਬਨ ਸਾਰੇ ਲੋਕਾਂ ਨੇ ਜਿਹਨੂੰ ਕਹਿੰਦੇ ਆ ਕਿ ਸਾਰੇ ਲੋਕਾਂ ਨੇ ਕਲਨਾ ਕੀਤੀ ਹੈ ਇਸ ਖੇਤਰ ਵਿੱਚ, ਸਾਹਿਤਿਕ ਖੇਤਰ ਵਿੱਚ। ਸੋ ਸਾਰਿਆਂ ਨੂੰ ਕੱਲ੍ਹ ਉੱਥੇ ਮੇਰੀ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ ਸੂਰਜਾ ਵੇ ਸੂਰਜਾ, ਅਤੇ ਉਸਦੀ ਜ਼ਿੰਮੇਵਾਰੀ ਮੈਂ ਗੁਰਜਨ ਸਾਹਿਬ, ਕਮਰ ਸਾਹਿਬ ਅਤੇ ਪੁਸ਼ਪਿੰਦਰ ਜੋਸਨ ਹੋਣੀ, ਕੋਚੇ ਭੈਣ ਜੀ ਅਤੇ ਸਾਰੀਆਂ ਸਾਹਿਤਿਕ ਹਸਤੀਆਂ ਜਿਹਨਾਂ ਨੂੰ ਮੈਂ ਮੇਰੇ ਖਿਆਲ ਨਾਲ ਮੈਂ ਬਹੁਤਿਆਂ ਨੂੰ ਜਾਣਦਾ ਹਾਂ ਫੇਸਬੁੱਕ ਜਾਂ ਮੈਂ ਸੋਸ਼ਲ ਮੀਡੀਆ, ਅਤੇ ਮਨ 'ਚ ਖੁਸ਼ੀ ਸੀ ਇਸ ਵਾਰੀ ਤੁਹਾਨੂੰ ਸਾਰਿਆਂ ਨੂੰ ਆ ਕੇ ਮੈਂ ਤੁਹਾਡੇ ਮਿਲਾਂਗਾ, ਤੁਹਾਡੇ ਦਰਸ਼ਨ ਕਰਾਂਗਾ। ਪਰ ਹਾਲਾਤ ਕੁਛ ਇੱਦਾਂ ਹੋਏ ਕਿ ਡਿਊ ਟੂ ਕਰੋਨਾ ਵਾਇਰਸ ਕੱਲ੍ਹ ਮੇਰੀ ਫਲਾਈਟ ਨਹੀਂ ਜਾ ਸਕੀ, ਸੋ ਮੌਕੇ 'ਤੇ ਮੈਂ ਹਾਜ਼ਰ ਨਹੀਂ ਹੋ ਸਕਾਂਗਾ, ਉਸ ਲਈ ਮੈਨੂੰ ਮਾਫ਼ ਕਰ ਦਿਓ। ਕਦੇ ਹੋ ਜਾਂਦਾ ਤਾਂ ਕੁਦਰਤ ਅੱਗੇ ਅਸੀਂ ਸਾਰੇ ਬੇਬਸ ਹੋ ਜਾਂਦੇ। ਅਤੇ ਬਾਕੀ ਕਿਤਾਬ ਬਾਰੇ ਹੀ ਕਹਾਂਗਾ, ਕਿਤਾਬ ਦਾ ਮੁੱਖ ਪੰਨਾ ਪਿੰਡ ਅਬਦੁੱਲ ਭਾਅ ਜੀ ਨੇ ਲਿਖਿਆ, ਅਤੇ ਉਹਨਾਂ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਵਧੀਆ ਇੱਕ ਬਣਦਾ ਇਨਸਾਫ ਕੀਤਾ ਪੂਰੇ ਮੁੱਖ ਪੰਨ ਨੂੰ। ਸ਼ੁਕਰਾਨਾ ਭਾਈ ਸਰਵਰਕ ਲਈ, ਕੁਛ ਸ਼ਬਦਾਂ ਲਈ ਗੁਰਤੇਜ ਖਾਰਵਾਲ ਭਾਈ, ਤੁਹਾਡੀ ਮੁਹੱਬਤ ਨੂੰ ਸਲਾਮ। ਉਸ ਤੋਂ ਬਾਅਦ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿਤਾਬ ਬਾਰੇ ਕਿ ਕਿਤਾਬ ਦੀ ਪ੍ਰਿੰਟਿੰਗ ਦਾ ਜਿੰਮਾ ਅੱਜ ਨਾਲ ਲਿਆ ਸੀ ਉਹ ਵਰਡ ਕੈਫੇ ਨਾਲ ਲਿਆ ਸੀਗਾ, ਅਤੇ ਵਰਡ ਕੈਫੇ ਤੋਂ ਸੁਖਰਾਜ ਹੋਣੀ, ਟਾਈਪਿੰਗ ਲਈ ਜਤਿੰਦਰ ਕੁਮਾਰ ਜੀ, ਅਤੇ ਪ੍ਰੂਫ ਰੀਡਿੰਗ ਰੀਤ ਕੌਰ ਹੋਣਾ ਦਾ। ਤਾਂ ਇਹਦਾ ਸ਼ੁਕਰਾਨਾ, ਤੁਸੀਂ ਕਿਤਾਬ ਉੱਤੇ ਬਹੁਤ ਮਿਹਨਤ ਕੀਤੀ, ਹੋ ਸਕਦਾ ਮੇਰੇ ਕੋਲ ਇੰਨਾ ਕੰਮ ਨਾ ਹੁੰਦਾ, ਇੱਕ ਤਾਂ ਵਿਦੇਸ਼ ਰਹਿੰਦਾ, ਕਿੰਨਾ ਲਾਈਫ ਇੰਨੀ ਬਿਜ਼ੀ ਹੁੰਦੀ ਹੈ ਅਤੇ ਸਮਾਂ ਨਹੀਂ ਮਿਲਦਾ ਕੁਛ, ਕਈ ਵਾਰੀ ਬਹੁਤ ਸਾਰੇ ਮਨ ਹੁੰਦੇ ਮਾਚ ਵੀ ਆ ਵੀ ਕਰਨਾ, ਆ ਵੀ ਕਰਨਾ, ਆ ਵੀ ਕਰਨਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ। ਮੇਰੀ ਇੱਛਾ ਸੀ ਕਿ ਮੈਂ ਉੱਥੇ ਹਾਜ਼ਰ ਹੋ ਕੇ ਤੁਹਾਡੇ ਨਾਲ ਸਾਂਝ ਪਾਉਂਦਾ ਕਿਤਾਬ ਬਾਰੇ, ਕਿਤਾਬ 'ਚੋਂ ਕੁਛ ਤਰ੍ਹਾਂ ਦੀ ਗੱਲ ਕਰਦਾ। ਹਾਂ, ਬਹੁਤ ਹੀ ਕਵਿਤਾਵਾਂ ਕਿਤਾਬ ਵਿੱਚ ਜਿਹੜੀਆਂ ਇੱਕ ਛੰਦਬੰਦ ਤਰ ਨੇ, ਇੱਕ ਸੁਰ 'ਚ ਨੇ, ਸੁਰਤਾਲ 'ਚ ਨੇ, ਅਤੇ ਮੈਂ ਇੱਕ ਦੁੱਖ ਕਵਿਤਾਵਾਂ ਤੁਹਾਡੇ ਨਾਲ ਸਾਂਝ ਪਾਵਾਂਗਾ ਇਸ ਵੇਲੇ। ਹਾਂ, ਦਿਸ ਵੀਡੀਓ ਇਹਦੀ ਕਵਿਤਾ ਕਿ ਸੂਰ ਜਾਵੇ ਸੂਰ ਜਾ, ਇੱਕ ਅਰਦਾਸ ਹੈ, ਇੱਕ ਅਰਜ਼ੋਈ ਹੈ, ਉਸਦਾ ਇੱਕ ਬੰਦ ਹੈ ਕਿ ਸੂਰ ਜਾ ਵੇ ਸੂਰ ਜਾ, ਕਿਰਨਾ ਦੀ ਸਾਨੂੰ ਲੋੜ ਦੇ, ਸੂਰ ਜਾ ਵੇ ਸੂਰ ਜਾ, ਕਿਰਨਾ ਦੀ ਸਾਨੂੰ ਲੋੜ ਦੇ, ਤਿੜਕੇ ਆਪਾਂ ਹਾਂ ਅੰਦਰੋਂ ਹਾਂ, ਸਾਨੂੰ ਤੋੜ ਦੇ ਫਿਰ ਜੋੜ ਦੇ, ਸੂਰ ਜਾ ਵੇ ਸੂਰ ਜਾ। ਇਵੇਂ ਇੱਕ ਹਫ਼ਤਾ ਹੋਰ ਸੀ, ਉਹਦਾ ਇੱਕ ਬੰਦਾ ਇੱਦਾਂ ਕਿ ਇੱਕ ਕਹਾਣੀ ਨਿਤ ਮੇਰੇ ਵਿੱਚ ਜਨਮ ਲਵੇ, ਇੱਕ ਕਹਾਣੀ ਰੋਜ਼ ਹੀ ਅੰਦਰ ਮਰਦੀ ਹੈ, ਇੱਕ ਕਹਾਣੀ ਸੜਕਾਂ ਉੱਤੇ ਸੌਂਦੀ ਹੈ, ਇੱਕ ਕਹਾਣੀ ਸੋਫੇ 'ਤੇ ਵੀ ਠਰਦੀ ਹੈ, ਇੱਕ ਕਹਾਣੀ ਪਾਪਾ ਰੋਜ਼ ਸੁਣਾਉਂਦੇ ਨੇ, ਇੱਕ ਕਹਾਣੀ ਅੱਖਾਂ ਨੂੰ ਨਮ ਕਰਦੀ ਹੈ,
ਸੋ ਦੋਸਤੋ ਇੱਦਾਂ ਹੀ ਕੀ ਕਹਿੰਦੇ ਕਵਿਤਾਵਾਂ ਹੈ ਨੇ, ਬਾਕੀ ਸਾਰਾ ਫੈਸਲਾ ਮੇਰੇ ਖਿਆਲ ਨਾਲ ਤੁਹਾਡੇ ਪਾਠਕਾਂ ਉੱਤੇ ਹੈ, ਤੁਹਾਡੇ ਦੋਸਤਾਂ ਉੱਤੇ ਆ। ਤੁਸੀਂ ਕਿਤਾਬ ਨੂੰ ਜ਼ਰੂਰ ਪੜ੍ਹ ਕੇ ਆਪਣਾ ਵਿਚਾਰ ਦਿਓ ਅਤੇ ਇੱਕ ਚੰਗਾ ਲੱਗੇਗਾ, ਇੱਕ ਬਲ ਮਿਲੇਗਾ ਉਸ ਗੱਲ ਦਾ। ਅਤੇ ਬਾਕੀ ਮੇਰੀ ਤਹਿ ਦਿਲੋਂ ਮੇਰੀਆਂ ਸ਼ੁਭਕਾਮਨਾਵਾਂ ਨੇ ਰੋਸ਼ਨ ਪਰਿਵਾਰ ਲਈ। ਫਿਰ ਗੁਸਤਾਖੀ ਮਾਫ਼, ਮੈਂ ਹਾਜ਼ਰ ਨਹੀਂ ਹੋ ਸਕਿਆ ਅਤੇ ਪਰ ਚਲੋ ਸਾਰੀ ਪੂਰੀ ਪੂਰੀ ਟੀਮ ਉੱਥੇ ਹਾਜ਼ਰ ਹੋਏਗੀ ਤੁਹਾਡੀ ਇੱਕ ਵਧੀਆ ਪ੍ਰੋਗਰਾਮ ਲਈ, ਵਧੀਆ ਸਮਾਗਮ ਲਈ। ਸ਼ੁਭਕਾਮਨਾਵਾਂ, ਜੇ ਅੱਲਾ ਨੇ ਚਾਹਿਆ ਨਿਗਾ ਨਿਗੇਬਾਨ ਹੋਇਆ ਤਾਂ ਇਨਸ਼ਾਅੱਲਾ ਤੁਹਾਨੂੰ ਜਲਦੀ ਤੁਹਾਡੇ ਦਰਸ਼ਨ ਕਰਾਂਗੇ। ਥੈਂਕ ਯੂ ਦੋਸਤੋ।